ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਪੇਠੇ ਦੀ ਤੇ ਕੀਆ ਦੀ ਰੋਟੀ ਕਿਵੇਂ ਤਿਆਰ ਹੁੰਦੀ ਹੈਗੀ ਐ ਠੀਕ ਆ ਨਾ ਤੇ ਕੁੜੀਓ ਦੇਖਿਆ ਕਰੋ ਤੁਸੀਂ ਵੀ ਐ ਬਣਾਇਆ ਕਰੋ ਇਹ ਫੈਟ ਬਹੁਤ ਘਟਾਉਂਦੀ ਆ ਮਟਾਪੇ ਨੂੰ ਕੰਟਰੋਲ ਕਰਦੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਆ ਕਰੋ ਪੇਠਾ ਹੋਇਆ ਸਬਜ਼ੀ ਜਾਨੀ ਕਿ ਕੋਈ ਹੋਈ ਪੇਠਾ ਜਾਨੀ ਕਿ ਲੀਵਰ ਵਾਸਤੇ ਬਹੁਤ ਚੰਗਾ ਹੁੰਦਾ ਹੈਗਾ ਤੇ ਇਹ ਫੈਟ ਵੀ ਘਟਾਉਂਦਾ ਹੈਗਾ ਅਗਰ ਆਪਾਂ ਪੇਠੇ ਦੀ ਸਬਜ਼ੀ ਖਾਣੇ ਆ ਤੇ ਜੇ ਰੋਟੀ ਖਾਣੇ ਆ ਤਾਂ ਵਾਹ ਕਮਾਲ ਹੈ ਤੇ ਆ ਦੇਖੋ ਤੁਸੀਂ ਮੈਂ ਰੋਟੀ ਬਣਾ ਕੇ ਪਾਈ ਜਾਨੀ ਐ ਇਹਦੇ ਵਿੱਚ ਆਪਾਂ ਪੇਠਾ ਪਾਇਆ ਤੇ ਕੀਆ ਪਾਇਆ ਮੇਰੇ ਕੋਲ ਦੋ ਹੀ ਆਈਟਮਾਂ ਸੀਗੀਆਂ ਤੇ ਵਿੱਚ ਮੈਂ ਹਰੀਆਂ ਮਿਰਚਾਂ ਪਾ ਲਈਆਂ ਉਹ ਮੈਂ ਰਗੜ ਲਈਆਂ ਮਿਕਸ ਇਹਦੇ ਵਿੱਚ ਗ੍ਰਾਈਂਡਰ ਦੇ ਵਿੱਚ ਉਹਦੇ ਵਿੱਚ ਆਟਾ ਗੁੰਨ ਲਿਆ ਉਹ ਆਟਾ ਤਾਂ ਮੈਂ ਗੁੰਨ ਹੱਟੀ ਸੀ ਬਾਅਦ ਵਿੱਚ ਮੇਰੇ ਜਿਆਦਾ ਕੁੜੀਆਂ ਨੂੰ ਦਿਖਾ ਦਿਆ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਬੇਟਾ ਇੱਕ ਚਮਚ ਅੱਧਾ ਇੱਕ ਚਮਚਾ ਨਮਕ ਦਾ ਤੇ ਮਤਲਬ ਸਵਾਦ ਅਨੁਸਾਰ ਤੇ ਥੋੜੀਆਂ ਜਿਹੀਆਂ ਮਿਰਚਾਂ ਪਾ ਲਈਆਂ ਕੁਝ ਹਰੀਆਂ ਪਾਈਆਂ ਸੀ ਆ ਪੇਠਾ ਤਾਂ ਤੁਹਾਨੂੰ ਦਿੱਸੀ ਜਾਂਦਾ ਰੋਟੀ ਦੇ ਉੱਤੇ ਹਨਾ ਤੇ ਵਿੱਚ ਕੀਆ ਪਾ ਲਿਆ ਥੋੜਾ ਜਾ ਤੇ ਇਹਦਾ ਸਾਰਾ ਮਿਕਸ ਜਆ ਤਿਆਰ ਕਰਕੇ ਫਿਰ ਜਿੰਨੀ ਕੁ ਪਾਣੀ ਦੀ ਜ਼ਰੂਰਤ ਸੀ ਉਹਨਾਂ ਕੁ ਪਾਣੀ ਲਾ ਲਿਆ ਆਟੇ ਨੂੰ ਇਹਦੇ ਵਿੱਚ ਮੈਂ ਪਾਇਆ ਆਟਾ ਬਾਜਰੇ ਦਾ ਤੇ ਓਟਸ ਦੋਨੇ ਚੀਜ਼ਾਂ ਮਿਲਾ ਕੇ ਬਾਜਰੀ ਮੈਂ ਸਾਫਤੀ ਲੈ ਕੇ ਆਂਦੀ ਸੀ ਕਿਉਂਕਿ ਆਟਾ ਅੱਜਕੱਲ ਮਿਲਦਾ ਨਹੀਂਗਾ ਸਾਫਤੀ ਲਿਉਣੀ ਹੁੰਦੀ ਹੈ ਬਾਜਰੀ ਪੈਕਟਾਂ ਦੇ ਵਿੱਚ ਮਿਲ ਜਾਂਦੀ ਹੈ ਤੇ ਓਟਸ ਲਿਆਂਦੇ ਸੀ ਤੇ ਉਹਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਪਾ ਕੇ ਬਾਜਰੀ ਨੂੰ ਤੇ ਓਟਸ ਨੂੰ ਪਾ ਕੇ ਤੇ ਗ੍ਰੈਂਡਰ ਦੇ ਵਿੱਚ ਮਿਕਸ ਕਰ ਲਿਆ ਤੇ ਉਹਦਾ ਆਟਾ ਬਣ ਗਿਆ ਕੌਲੀ ਕਾਟਾ ਸਾਨੂੰ ਮੁੱਕਦਾ ਨਹੀਂਗਾ ਉਹ ਫਿਰ ਮੈਂ ਕੌਲੀ ਕੇ ਇਹ ਮਿਸ਼ਰਣ ਜਾਂ ਬਣ ਗਿਆ ਸੀਗਾ ਜਿਵੇਂ ਪੇਠਾ ਸੀ ਇੱਕ ਸਲਾਈਸ ਤੇ ਇੱਕ ਸਲਾਈਸ ਕੀਆ ਸੀਗਾ ਤੇ ਵਿੱਚ ਹਰੀਆਂ ਮਿਰਚਾਂ ਸੀਗੀਆਂ ਉਹਨਾਂ ਦਾ ਆਟਾ ਗੁੰਨ ਲਿਆ ਤੇ ਆ ਦੇਖੋ ਇਹਦੀ ਰੋਟੀ ਕਿਵੇਂ ਬਣਦੀ ਹੈਗੀ ਬਹੁਤ ਟੇਸਟੀ ਬਣਦੀ ਹੈ ਬੇਟਾ ਤੁਸੀਂ ਬਣਾ ਕੇ ਖਾਇਆ ਕਰੋ ਤੇ ਇਹਦੇ ਨਾਲ ਫੈਟ ਵੀ ਆਪਣੇ ਘਟਦਾ ਹੈਗਾ ਤੇ ਬੱਚੇ ਵੀ ਬਹੁਤ ਟੇਸਟੀ ਇਹ ਖਾਂਦੇ ਆ ਤੇ ਬਣਦੀ ਵੀ ਬੜੀ ਸਵਾਦ ਆ ਇਹ কুরਕਰੀ কুরਕਰੀ ਜੀ ਐ ਨਹੀਂ ਬਣਦੀ ਹੈਗੀ ਵੀ ਆ ਗਿੱਲੀ ਜੀ ਰੋਟੀ ਬਣੋਗੇ ਆ ਦੇਖੋ ਤੁਸੀਂ ਕਿਉ ਉਲਾ ਲਓ ਥੋੜਾ ਜਿਹਾ ਉੱਪਰੇ ਦੇ ਤੇ ਵਿੱਚ ਕਿਉਂ ਪਾਉਣ ਦੀ ਲੋੜ ਨਹੀਂ ਆ ਦੇਖੋ ਪੇਠਾ ਅਜੇ ਵਿੱਚ ਹੀ ਪਿਆ ਹੈ ਵਿੱਚ ਕਈ ਵਾਰੀ ਰਗੜ ਨਾਲ ਆ ਰਹ ਜਾਂਦਾ ਉਹ ਮੈਂ ਤੁਹਾਨੂੰ ਦਿਖਾਤਾ ਮੈਂ ਕਿਹਾ ਪੇਠਾ ਵਿੱਚ ਪਿਆ ਤੇ ਆ ਦੇਖੋ ਤੁਸੀਂ ਆ ਰੋਟੀ ਹੁਣੇ ਬਹੁਤ ਵਧੀਆ ਬਣੂਗੀ ਬਹੁਤ ਹੀ ਸਵਾਦਿਸ਼ਟ ਚੀਜ਼ ਬਣਦੀ ਆ ਆਪਾਂ ਬਾਹਰੋਂ ਭਾਵੇਂ ਕੁਝ ਲਈਏ ਪਰ ਜਿਹੜੀ ਘਰ ਦੀ ਰੋਟੀ ਹੁੰਦੀ ਉਹ ਘਰ ਦੀ ਹੁੰਦੀ ਹੈ ਤੇ ਮੈਂ ਤਾਂ ਜ਼ਿਆਦਾ ਲਾਈਕ ਘਰ ਦੀਆਂ ਚੀਜ਼ਾਂ ਨੂੰ ਹੀ ਜ਼ਿਆਦਾ ਲਾਈਕ ਕਰਦੀਆਂ ਵੀ ਘਰੇ ਬਣਾ ਕੇ ਖਾਓ ਤੇ ਆ ਦੇਖੋ ਵਧੀਆ ਬਣੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਗੀ ਇਹ ਵੀ ਕਿਵੇਂ ਬਣਦੀ ਹੈਗੀ ਹੈ ਆ ਰੱਖ ਲਈ ਆਪਾਂ ਪਲੇਟ ਤੇ ਆ ਆਪਾਂ ਫੁਲਕਾ ਚੱਕ ਕੇ ਰਾੜ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਰੱਖ ਦੇਣਾ ਆਪਾਂ ਦੂਜੇ ਪਾਸੇ ਵੀ ਕੀ ਲਾ ਦੇਣਾ ਹੈਗਾ ਤਾਂ ਕਿ ਇਹ ਵਧੀਆ ਬਣ ਜੇ ਓਟਸ ਤੇ ਬਾਜਰਾ ਆਪਾਂ ਬਣਾਉਣਾ ਨਾ ਬਹੁਤ ਟੇਸਟੀ ਬਣਦਾ ਹੈਗਾ ਬਾਜਰੀ ਬਾਜਰਾ ਨਹੀਂ ਬਾਜਰੀ ਫਰੀਕ ਹੁੰਦੀ ਆ ਥੋੜੇ ਜੇ ਦਾਣੇ ਇਹਦੇ ਮਿੱਠੀ ਹੁੰਦੀ ਆ ਵੈਸੇ ਇਹ ਰੋਟੀ ਵਧੀਆ ਬਣਦੀ ਆ ਦੂਜੀ ਰੋਟੀ ਵੀ ਆਪਾਂ 베ਰ ਲਈ ਤੇ ਉਹ ਰੋਟੀ ਵੀ ਆਪਣੀ ਤਿਆਰ ਹੋਈ ਜਾਂਦੀ ਆ ਤੇ ਇਹਦਾ ਵੀ ਮੱਕੂ ਠੱਪ ਤਾਪਾ ਹੁਣ ਇਸ ਰੋਟੀ ਦਾ ਵੀ ਠੀਕ ਹੈ ਨਾ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਇਹ ਆਹ ਦੇਖੋ ਬਿਸਕੁਟਾਂ ਵਰਗੀ ਬਣਦੀ ਹੈ ਇਹ ਜਿਵੇਂ ਬਿਸਕੁਟ ਨਹੀਂ ਹੁੰਦੇ ਹੈਗੇ ਤੇ ਬਿਸਕੁਟਾਂ ਵਰਗੀ ਲੱਗੂਗੀ ਇਹ ਜਦੋਂ ਤੁਸੀਂ ਖਾਓਗੇ ਨਾ ਦਹੀਂ ਦੇ ਨਾਲ ਬੜੀ ਸੁਆਦ ਲੱਗੂਗੀ ਇਹ ਤੇ ਆਹ ਦੇਖੋ ਤੁਹਾਨੂੰ ਮੈਂ ਨਾ ਇਹ ਇਹ ਤੋ ਤਿਆਰ ਹੋ ਕੇ ਜਿਵੇਂ ਇਹ ਮੈਂ ਤੋੜ ਕੇ ਵੀ ਦਿਖਾ ਦੂੰਗੀ ਆ ਰੋਟੀ ਦੂਜੀ ਪਾਤੀ ਆਪਾਂ ਜਦ ਨੂੰ ਇਹ ਤਿਆਰ ਹੋਊਗੀ ਉਦੋਂ ਨੂੰ ਮੈਂ ਤੁਹਾਨੂੰ ਇਹਦਾ ਦਿਖਾਉਣੀ ਆ ਕੀ ਸਿਸਟਮ ਬਣ ਜਾਂਦਾ ਹੈਗਾ ਤੇ ਆ ਦੇਖੋ ਆ ਰੋਟੀ ਵੀ ਹੁਣ ਰੜੀ ਜਾਂਦੀ ਹੈਗੀ ਆਪਣੀ ਇਹ ਰੜ ਜੂਗੀ ਇਹ ਤਿਆਰ ਹੋ ਜੂਗੀ ਆ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਹੁਣ ਇਹਨੂੰ ਤੋੜ ਕੇ ਆ ਬਣ ਗਈ ਨਾ ਰੋਟੀ ਆਪਣੀ ਠੰਡੀ ਹੋ ਗਈ ਤੇ ਆ ਦੇਖੋ ਟੁੱਟਦੀ ਕਿਵੇਂ ਆ ਬਿਸਕੁਟਾਂ ਵਾਂਗੂ ਟੁੱਟਦੀ ਹੈਗੀ ਜਿਵੇਂ ਬਿਸਕੁਟ ਟੁੱਟਦੇ ਆਪਣੇ ਆ ਦੇਖੋ ਤੁਸੀਂ ਠੀਕ ਹੈ ਬਹੁਤ ਹੀ ਟੇਸਟੀ ਬਣਦੀ ਆ ਇਹ ਤੇ ਆ ਦੇਖੋ ਤੁਸੀਂ ਆ ਦੇਖੋ ਵਿੱਚੋਂ ਦੇਖੋ ਕਿੰਨੀ ਮਲਾਈਮ ਬਣੀ ਹੈਗੀ ਆ ਬਹੁਤ ਵਧੀਆ ਕੁਰਮਰੀ ਕੁਰਮਰੀ ਜੀ ਲੱਗੂਗੀ ਕੁਝ ਤਾਂ ਬਾਜਰਾ ਤੇ ਓਟਸ ਹੈ ਉਹਦਾ ਕਰਕੇ ਜਿਆਦਾ ਲੱਗਦੇ ਕੁਝ ਆਪਾਂ ਘਿਓ ਲਾ ਕੇ ਰਾੜਤਾ ਉੱਪਰ ਉਹਨੂੰ ਹਨਾ ਤੇ ਆ ਵੀ ਦੂਜੀ ਵੀ ਰੋਟੀ ਆਪਾਂ ਤਿਆਰ ਕਰ ਲਈ ਇਹਦੇ ਵਿੱਚ ਆਪਾਂ ਸਬਜ਼ੀਆਂ ਕੋਈ ਵੀ ਪਾ ਸਕਦੇ ਬੇਟੇ ਜਿਵੇਂ ਤੁਹਾਡੇ ਕੋਲੇ ਕੀ ਆ ਬਚਿਆ ਪਿਆ ਤੋਰੀ ਬਚੀ ਪਈ ਐ ਤੁਹਾਡੇ ਕੋਲੇ ਹਰੀਆਂ ਮਿਰਚਾਂ ਨੇ ਸ਼ਿਮਲਾ ਮਿਰਚ ਐ ਗੋਭੀ ਐ ਫੁੱਲ ਗੋਭੀ ਆ ਉਹਨਾਂ ਨੂੰ ਤੁਸੀਂ ਰਗੜ ਲਓ ਪਾਣੀ ਨਾ ਪਾਓ ਉਹਦੇ ਵਿੱਚ ਰਗੜ ਲਓ ਵੈਸੇ ਉਹਨਾਂ ਨੂੰ ਸਬਜ਼ੀਆਂ ਨੂੰ ਤੇ ਆਟੇ ਦੇ ਵਿੱਚ ਗੁੰਨ ਲਓ ਜਿਵੇਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਨੇ ਆ ਆਪਾਂ ਉਹ ਵੀ ਰੋਟੀ ਸਬਜ਼ੀ ਵਾਲੀ ਰੋਟੀ ਵੀ ਬਣਾ ਸਕਦੇ ਹੈਗੇ ਆ ਤੇ ਇਹ ਹੁਣ ਨਾਲੇ ਤਾਂ ਇਹ ਪੋਸ਼ਟਿਕ ਹੋਊਗੀ ਨਾਲੇ ਸਬਜ਼ੀਆਂ ਲੱਗ ਜਾਂਦੀਆਂ ਨੇ ਆਪਣੀਆਂ ਕਈ ਵਾਰੀ ਆਪਣਾ ਸਬਜ਼ੀਆਂ ਤੋਂ ਜੀ ਅੱਕ ਜਾਂਦਾ ਉਦੋਂ ਫਿਰ ਇਹਨੂੰ ਇਸ ਤਰ੍ਹਾਂ ਬਣਾ ਲੇ ਆਟਾ ਵੀ ਸੋਹਣਾ ਗੁੱਝ ਜਾਂਦਾ ਹੈਗਾ ਇਹਦਾ ਮੈਂ ਪਹਿਲਾਂ ਭੁੱਲ ਗਈ ਬਣਾਉਣਾ ਦਿਖਾਉਣਾ ਤੁਹਾਨੂੰ ਤੇ ਮਾਟਾ ਗੁੰਨ ਕੇ ਰੱਖ ਲਿਆ ਸੀਗਾ ਮੇਰੇ ਯਾਦ ਨਹੀਂ ਰਹੀ ਦਿਮਾਗ 'ਚ ਨਹੀਂ ਰਹੀ ਗੱਲ ਫਿਰ ਆਪ ਨੂੰ ਮੈਨੂੰ ਉਹ ਸਾਰਾ ਕੁਝ ਕਰਨਾ ਪੈਂਦਾ ਕੈਮਰਾ ਕੁਮਰਾ ਜਾਂ ਸੈਟ ਤਾਂ ਕਰਕੇ ਦਿੱਕਤ ਆ ਜਾਂਦੀ ਆ ਚੁੱਲੇ ਤੇ ਮੈਂ ਰੱਖ ਲਿਆ ਸਟੈਂਡ ਜਾਂ ਕੱਲ ਆਪਾਂ ਪਰੌਂਠੇ ਬਣਾਏ ਸੀ ਉਦੋਂ ਰਹਿ ਗਿਆ ਸੀ ਰੱਖਣ ਵਾਲਾ ਚਲੋ ਜੇ ਕੋਈ ਨਹੀਂ ਚੀਜ਼ ਯਾਦ ਆਉਂਦੀ ਪੁੱਤ ਮੇਰੇ ਯਾਦ ਕਰਾਇਦਾ ਕਰੋ ਫਿਰ ਮੈਂ ਬਣਾ ਲੈਣੀ ਹੁੰਨੀ ਆਹ ਦੇਖੋ ਤੁਸੀਂ ਆ ਵੀ ਹੋ ਗਈ ਰੋਟੀ ਤਿਆਰ ਇਹਨੂੰ ਵੀ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਆਹ ਦੇਖੋ ਬਣੀ ਇਹ ਗਰਮ ਬਾੜੀ ਹੱਥ ਮੱਚ ਗਏ ਸੀਗੇ ਆਹ ਦੇਖੋ ਆ ਬਣ ਗਈ ਨਾ ਵਧੀਆ ਤੇ ਹੁਣ ਆਪਾਂ ਇਹਨੂੰ ਦਹੀਂ ਨਾਲ ਖਾ ਲਾਂਗੇ ਕੁੜੀਓ ਤੁਸੀਂ ਵੀ ਆਓ ਛਕੋ ਤੇ ਨਾਲੇ ਬੱਚਿਆਂ ਨੂੰ ਖਵਾਇਆ ਕਰੋ ਬੇਟਾ ਠੀਕ ਹੈ ਜੀ ਸ਼ੇਅਰ ਕਰ ਦਿਓ ਧੰਨਵਾਦ